स्पष्ट सवाल पूछना चाहांगा कि तुहाडे लफ्ज़ां दे विच एक अतवादी की परिभाषा की मनिंदर सिंह बेटा एम एस बेटा भावें सिर ते दस्तार सजाइए पर सिख विरोधी गल्लां कर जो फांसी तो नहीं मैं बोलिया परोल तो नहीं बोलिया ओनू हस्पताल दाखिल किया मैं नहीं बोलिया ते हुण तुसीं कहोगे ओनू छड़वा के ते नाल सानू मुठ्ठां नूं वट दे के धम जेड़े कतलेआम हुंदे सी उन्होंने खड़े नहीं अगर मैं किसी नूं जेल दे अंदर कराया अगर मैं किसी दे केस बनवाया अगर मैं किसी दे परचा कराया मैनू खड़े करके अलानिया के ना शरीर दे टुकड़े टुकड़े कर दे कल जामिया दे विच किसे मुस्लिम ने गोली चलाई हुंदी ता उस दे ना दे नाल अतवादी लग जाना सी अगर अतवाद दा कोई कानून बनदा तो उहदे ते कीता जावे बंगलादेश चो को आ जाए अफगानिस्तान चो आ जाए पाकिस्तान चो बॉर्डर पार करके आ जाए नेपाल दे जरिए आ जाए इत्थे अपने आइडेंटिटी कार्ड बना ले इत्थे आईडी प्रूफ बना ले फिर इत्थे पासपोर्ट बना ले फिर अमरीका ते कैनेडा विच हिंदुस्तानियां दी सब तो ज्यादा डिमांड है फिर उत्थे जाके नौकरी करो इत्थे आके हिंदुस्तान धर्म था ना आपां फिर बैठांगे 8 महीने बाद बैठ जांगे उहदे ते गल करांगे आम गल करिए इह ना कहिए वी नरेंद्र मोदी ने कीता कि नरेंद्र मोदी मुशर्रफ है नरेंद्र मोदी क्या बेनजीर भुट्टो है नरेंद्र मोदी क्या किसी होर देश का है नरेंद्र मोदी इस देश का है जिहड़ा उन्हें काम किया है देश ने जिहड़ा किया है 370 धारा कैंसर की बीमारी नूं दूर करके सुटे है ते कीता मजलूमा की रक्षा की है खालिस्तान का विरोध किया है हमेशा करता रहांगा कोई कुछ कवे मेरे ते किसे चीज दा असर पर केजरीवाल छीला डिस्ट्रिक्ट कैप्टन अमरिंदर सिंह बादल परिवार अकाली दल कदी गया सी कदी मेनू आके पुछया भी तेरे तकलीफ है तेरे नाल जेड़े शहीद होए तकलीफ है ना को हस्पताल ना साडे एजुकेशन सेंटर नशा घर घर बढ़ चुका है ठीक है ना और विदेशां च साडे नौजवान गभरू जा रहे पंजाब किथे रह गया पंजाब तां हुण विदेशां च वसदा है पंजाब तां कनेडा च वसदा है पंजाब तां अमरीका च वसदा है पंजाब तां यूके च वसदा है ਪੰਜਾਬ ਤਾਂ ਫਰਾਂਸ ਚ ਵੱਸਦਾ ਹੈ ਆਹ ਪੰਜਾਬ ਹੈ ਇੱਕ ਪੰਜਾਬ ਤੇ ਦੁਨੀਆ ਦੇ ਵਿੱਚ ਪੰਜਾਬ ਖੁੱਲ ਗਿਆ ਕੰਟਰੀਆਂ ਵਾਲੇ ਸਾਹ ਜੀ ਤੁਸੀਂ ਕਦੀ ਉਹਨਾਂ ਦਾ ਚਿਹਰਾ ਦੇਖਿਆ ਮੈਂ ਕਦੀ ਉਹਨਾਂ ਨੂੰ ਮਿਲਿਆ ਮੈਨੂੰ ਚੰਗੇ ਲੱਗ ਗੁਰਮਖ ਉਹ ਜਿਹੜੇ ਦੋ ਸਿੰਘ ਬੈਠੇ ਹੁੰਦੇ ਨਾਲ ਸਿੰਘ ਸਾਹਿਬ ਏਡੀ ਏਡੀਆਂ ਖੁੱਲੀਆਂ ਉਹਨਾਂ ਨੇ ਦਾੜੀਆਂ ਰੱਖੀਆਂ ਗੁਰੂ ਮਹਾਰਾਜ ਜੀ ਮੇਰੇ ਮੂੰਹ ਤੋਂ ਗਲਤ ਲਫ਼ਜ਼ ਨਾ ਨਿਕਲ ਜਾਏ ਮਾਫ਼ੀ ਦੇਣਾ ਕਿਤੇ ਸੋਹਣੇ ਲੱਗਦੇ ਕੀਰਤਨ ਕਰਦੇ ਗੁਰੂ ਮਹਾਰਾਜ ਦਾ ਪ੍ਰਚਾਰ ਕਰਦੇ ਉਹਨਾਂ ਨੂੰ ਵੀ ਲੋਕ ਬਖਸ਼ ਉਹਨਾਂ ਨੂੰ ਵੀ ਬਖਸ਼ ਸਾਡਾ ਗੁਰੂ ਗ੍ਰੰਥ ਸਾਹਿਬ ਨੇ ਉਹਨਾਂ ਦਾ ਅਪਮਾਨ ਹੁੰਦਾ ਖਹਿਰਾ ਸਾਹਿਬ ਜਿਹੜੇ ਸੁਖਪਾਲ ਖਹਿਰਾ ਜੀ ਅਸੀਂ ਅਗਵਾਈ ਕਰਦੇ ਫਿਰ ਇਲੈਕਸ਼ਨ ਡਿਕਲੇਅਰ ਹੋ ਜਾਂਦੀ ਹੈ ਐਮ ਪੀ ਦੀ ਫਿਰ ਅਸੀਂ ਆਪਣਾ ਛੱਡ ਕੇ ਬੇਗੋਵਾਲ ਭਾਵਕ ਲੋਕਾਂ ਨੂੰ ਕਰਕੇ ਵੀ ਇਹ ਆਗੂ ਨੇ ਗੁਰੂ ਗ੍ਰੰਥ ਸਾਹਿਬ ਦਾ ਵੀ ਅਪਮਾਨ ਤਾਂ ਅਸੀਂ ਕਰ ਰਹੇ ਹਾਂ ਨਾ ਜੇ ਅਸੀਂ ਗੁਰੂ ਨਾਨਕ ਦੇਵ ਜੀ ਮਹਾਰਾਜ ਜਾਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਨਾਂ ਦੇ ਉੱਤੇ ਭੀੜ ਇਕੱਠੀ ਕਰਕੇ ਰਾਜਨੀਤੀ ਕਰਕੇ ਔਰ ਉਸ ਤੋਂ ਬਾਅਦ ਅਸੀਂ ਉੱਥੇ ਇਲੈਕਸ਼ਨ ਲੜ ਲੈਂਦੇ ਹਾਂ ਜ਼ਮਾਨਤ ਭਾਵੇਂ ਜ਼ਬਤ ਹੋ ਜਾਂਦੀ ਹੈ ਮੁੱਦਾ ਤਾਂ ਇਹੀ ਸੀ ਵੀ ਗੁਰੂ ਮਹਾਰਾਜ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਅਸੀਂ ਤੁਹਾਡੇ 'ਤੇ ਬੜਾ ਅਹਿਸਾਨ ਕੀਤਾ ਤੁਹਾਡੇ ਲਈ ਅਸੀਂ ਸੰਘਰਸ਼ ਕੀਤਾ ਹੁਣ ਸਾਨੂੰ ਵੋਟਾਂ ਪਾ ਸਾਡੀ ਜਿਹੜੀ ਥਿੰਕਿੰਗ ਹੈ ਸਾਡੀ ਸੋਚ ਹੈ ਹਰ ਕਦਮ ਹਰ ਪਲ ਹਰ ਜਗ੍ਹਾ 'ਤੇ ਪਿਛਲੇ ਕੁਝ ਸਾਲਾਂ ਤੋਂ ਦੇਸ਼ ਭਰ ਦੇ ਵਿੱਚ ਅਜਿਹਾ ਮਾਹੌਲ ਬਣਿਆ ਹੋਇਆ ਹੈ ਕਿ ਹਰ ਕਿਸੇ ਨੂੰ ਵੱਖ ਵੱਖ ਮੁੱਦਿਆਂ 'ਤੇ ਲੈ ਕੇ ਦੇਸ਼ ਭਗਤੀ ਅਤੇ ਦੇਸ਼ ਧਰੋਹੀ ਦੇ ਤਰਾਜੂ 'ਚ ਤੋਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਅੱਜ ਇਹਨਾਂ ਹੀ ਮੁੱਦਿਆਂ ਦੇ ਉੱਤੇ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਆਲ ਇੰਡੀਆ ਐਂਟੀ ਟੈਰਰਿਸਟ ਫਰੰਟ ਦੇ ਮੁਖੀ ਐਮ ਐਸ ਬਿੱਟਾ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰਾਂਗੇ ਬਿੱਟਾ ਜੀ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸੋ ਜਿਵੇਂ ਤੁਹਾਨੂੰ ਇੱਕ ਅਜਿਹੀ ਸ਼ਖਸੀਅਤ ਵਜੋਂ ਦੇਸ਼ ਭਰ ਦੇ ਵਿੱਚ ਵਿਸ਼ਵ ਭਰ ਦੇ ਵਿੱਚ ਲੋਕ ਜਾਣਦੇ ਨੇ ਕਿ ਐਂਟੀ ਟੈਰਰਿਸਟ ਫਰੰਟ ਦੇ ਨਾਲ ਤੁਸੀਂ ਜੁੜੇ ਹੋਏ ਹੋ ਚੇਅਰਮੈਨ ਹੋ ਮੁਖੀ ਹੋ ਮੈਂ ਤੁਹਾਡੇ ਕੋਲ ਸਿੱਧਾ ਸਪਸ਼ਟ ਸਵਾਲ ਪੁੱਛਣਾ ਚਾਹਾਂਗਾ ਕਿ ਤੁਹਾਡੇ ਲਫ਼ਜ਼ਾਂ ਦੇ ਵਿੱਚ ਇੱਕ ਅਤਵਾਦੀ ਦੀ ਪਰਿਭਾਸ਼ਾ ਕੀ ਹੁੰਦੀ ਦੇਖੋ ਦੋ ਗੱਲਾਂ ਬਿਲਕੁਲ ਸਪਸ਼ਟ ਨੇ ਜੀ ਜਿਹੜਾ ਵਿਦੇਸ਼ਾਂ ਦੀਆਂ ਸ਼ਕਤੀਆਂ ਅਤੇ ਪਾਕਿਸਤਾਨ ISI ਦੇ ਪੈਸੇ ਦਾ ਇਸਤੇਮਾਲ ਕਰਕੇ ਇਸ ਮੁਲਕ ਨੂੰ ਤੋੜਨ ਦੀ ਕੋਸ਼ਿਸ਼ ਕਰ ਅਫਜ਼ਲ ਗੁਰੂ ਵਰਗੇ ਜੀ ਮਹਿਮਨ ਵਰਗੇ ਪੰਜਾਬ ਦੇ ਵਿੱਚ ਕਤਲੇਆਮ ਕਰਨ ਵਾਲੇ ਉਹਨਾਂ ਲਈ ਖੜ੍ਹ ਜਾਣ ਉਹਨਾਂ ਨੂੰ ਅੱਤਵਾਦੀ ਨਾ ਕਹੀਏ ਔਰ ਹਿਊਮਨ ਰਾਈਟ ਦਾ ਨਾਂ ਲੈ ਕੇ ਜੀ ਜਿਹੜਾ ਪਾਰਲੀਮੈਂਟ 'ਤੇ ਹਮਲਾ ਕਰਦੇ ਜਿਹੜਾ 26/11 ਦੀ ਘਟਨਾ ਕਰ ਦੇਵੇ ਜਿਹੜੇ ਇੱਕ ਲੈਂਡ ਦੇ ਵਿੱਚ ਬੱਸਾਂ 'ਚੋਂ ਕੱਢ ਕੇ ਇੱਕ ਸਮਾਜ ਦੇ ਲੋਕਾਂ ਨੂੰ ਪਰੇ ਕੱਢ ਕੇ ਦੂਜਿਆਂ ਨੂੰ ਗੋਲੀਆਂ ਨਾਲ ਮਾਰ ਦੇਵੇ ਉਹਨਾਂ ਨੂੰ ਅੱਤਵਾਦੀ ਕਹੋਗੇ ਬੇਗੁਨਾਹ ਦੇ ਕਾਤਲ ਕਹੋਗੇ ਔਰ ਜਿਹੜੇ ਉਹਨਾਂ ਦੀ ਸਪੋਰਟ 'ਤੇ ਆਉਣ ਵਾਲੇ
जी ह्यूमन राइट के नारे लैन वाले उन्होंने एक सवाल है मेरा वो भी कि जेल च बंद रहे मेरी बड़िया ना डिस्कशन हो चुकी है जी पर तुसी ठेका लिया बेगुनाह दे कातला नहीं आके खड़े हो इन फांसी नहीं होनी चाहिए इनू जेल नहीं होनी चाहिए तो ह्यूमन राइट जिन्हों बेगुनाह का कतलेआम किया उन्होंने घर च कभी गए नहीं तो की कहोगे उन्होंने मेरा तुहानू सवाल है तुसी उन्होंने की कहोगे असी मुफत दे चौधरी है कोई धर्म के ठेकेदार कोई राजनीतिक लोग को ह्यूमन राइट संस्थावां बना के असी चौधर की भुख दे विच असी जिहड़े विक्टम ने आम सड़कां ते जांदे लोग जिहड़ा किसी ना साडे वांगू राजनीतिक ना तलक नहीं उन्होंने मरण का अख्तियार दिता सी किसी ने उन्हां लई खड़नगे तुसी उन्होंने की कहो मेरा तुहानू सवाल है कि आपां आखांगे उन्होंने जी आज़ादी है हर गल कहण दी आज़ादी है मुल्क आज़ाद है पर देश नूं तोड़न वालियां दे नाल खड़न दी आज़ादी नहीं मेरा यह सवाल तुहानू तां सी क्योंकि अतवादी लफ्ज़ जिहड़ा है ना जे तां कल जामिया दे विच किसे मुसलम ने गोली चलाई हुंदी तां उस दे नां दे नाल अतवादी लग जाणा सी ते इह धर्म दे नां दे उत्ते फिर इस जमात नूं भी क्यों वंडिया जा रिहा है गल्लां मेरीआं स्पष्ट जी जिहड़ी कल गोली चली जी इह तों घिउणा काम हो ही नहीं सकदा जामिया ते जिहड़े स्टूडेंट ने जी उन्होंने असी अतवादी कह सकते नहीं साढ़े बच्चे ने वो साढ़ा फ्यूचर है नहीं मेरी जी जामिया यूनिवर्सिटी एक नाम है पर जामिया के अंदर हिंदू भी है मुसलमान भी है सिख भी है ईसाई भी है और वो लाइब्रेरी अज दुनिया के मशहूर है उन्होंने कोई किस तरीके ना देखता है वो अलग गल है जी मैं उन्होंने गलत तरीके नहीं देखता जब जामिया के सब कुछ होया जी जब बच्चों के हंजू अखा चो देखे तो मेरी अखा चो भी हंजू सी नहीं मेरा सवाल यह सी कि जे एक गोली किसी मुस्लिम या फिर सिख ने चलाई होंगी तो हो सकता सी कि देश का मीडिया वो अतवादी नाम जोड़ दिंदा एक गल सुनो ये जिहड़ियां गल्लां देखो तुहाडे भी करन वालियां गल्लां ने उन्हें चलाई होंगी या उन्हें चलाई होंगी जिन्हें चलाई है उहदे ते केस रजिस्टर्ड हो गया जी उन्हें सजा मिले उन्हें पबलिशिटी लई कीता मैनू तो ज़्यादा तौर पर लगा उन्हें पबलिशिटी लई कीता ਤੁਹਾਨੂੰ ਨਹੀਂ ਲੱਗਦਾ ਇਹ ਵੀ ਇੱਕ ਦੇਸ਼ ਤੋੜਨ ਵਾਲਾ ਕਦਮ ਸੀ ਭਾਈਚਾਰੇ ਨੂੰ ਵੱਖ ਕਰਨ ਵਾਲਾ ਕਾਨੂੰਨ ਦੇਖੋ ਜੀ ਇਹ ਗੱਲ ਸੁਣੋ ਕਾਨੂੰਨ ਇੱਕ ਹੋਣਾ ਚਾਹੀਦਾ ਜਿਹਨੇ ਕੱਲ ਗੋਲੀ ਚਲਾ ਲਈ ਉਹਦੇ 'ਤੇ ਵੀ ਉਹੀ ਕਾਨੂੰਨ ਲਾਗੂ ਹੋਵੇ ਗੋਲੀ ਤਾਂ ਚਲਾਈ ਔਰ ਉਹਦੀ ਗੋਲੀ ਚਲਾਉਣ ਦੇ ਨਾਲ ਉਸ ਤੋਂ ਬਾਅਦ ਦੰਗੇ ਹੁੰਦੇ ਉਸ ਤੋਂ ਬਾਅਦ ਨੌ ਸਟੂਡੈਂਟ ਹੋਰ ਭੜਕ ਜਾਂਦੇ ਪੁਲਿਸ ਗੋਲੀ ਚਲਾਉਂਦੀ ਸਾਡੇ ਬੱਚੇ ਸਾਡੇ ਸਟੂ ਸਾਡੇ ਫਿਊਚਰ ਨੇ ਸਾਡੇ ਬੱਚੇ ਨੇ ਅੰਦੋਲਨ ਕਰਦੇ ਆ ਤਾਂ ਕੀ ਉਹਨਾਂ ਨੂੰ ਅਸੀਂ ਗਲਤ ਕਹਿੰਦੇ ਹਾਂਗੇ ਅੰਦੋਲਨ ਕਰ ਰਹੇ ਨੇ ਉਹਨਾਂ ਦੀਆਂ ਕੀ ਜਜ਼ਬਾਤ ਨੇ ਕੀ ਉਹਨੂੰ ਸਰਕਾਰ ਸੁਣ ਲਏ ਹੋਣਾ ਨਹੀਂ ਹੋਣਾ ਪਰ ਅਸੀਂ ਇਹ ਨਹੀਂ ਕਹਿ ਸਕਦੇ ਵੀ ਇਹਨਾਂ ਨੇ ਕੀਤਾ ਅਤੇ ਇਹਨਾਂ 'ਤੇ ਗੋਲੀ ਚਲਾ ਦਿਓ ਜੇ ਗੋਲੀ ਚਲਾਈ ਹੈ ਉਹਨਾਂ 'ਤੇ ਵੀ ਅਗਰ ਅੱਤਵਾਦ ਦਾ ਕੋਈ ਕਾਨੂੰਨ ਬਣਦਾ ਤਾਂ ਉਹਦੇ 'ਤੇ ਕੀਤਾ ਜਾਵੇ ਤਾਂ ਕਿ ਅੱਗੇ ਤੋਂ ਕੋਈ ਇਹੋ ਜਿਹੀ ਹਰਕਤ ਨਾ ਅੱਛਾ CA ਅਤੇ NRSC ਨੂੰ ਲੈ ਕੇ ਜਿਵੇਂ ਦੇਸ਼ ਭਰ ਦੇ ਵਿੱਚ ਮਾਹੌਲ ਬਣਿਆ ਹੋਇਆ ਹੈ ਅਤੇ ਜਿਹੜੇ ਲੋਕ ਵਿਰੋਧ ਕਰਦੇ ਨੇ ਉਹਨਾਂ ਨੂੰ ਦੇਸ਼ ਧਰੋਹ ਦਾ ਤਮਗਾ ਦੇ ਦਿੱਤਾ ਜਾਂਦਾ ਹੈ ਇਹ ਜਾਇਜ਼ ਦੋ ਗੱਲਾਂ ਮੇਰੀਆਂ ਬਿਲਕੁਲ ਆਪ ਤੁਸੀਂ ਸਪੱਸ਼ਟ ਹੋ ਜੀ ਨਾ ਮੈਂ ਕਿਸੇ ਸਟੂਡੈਂਟ ਦੇ ਖਿਲਾਫ ਹਾਂ ਨਾ ਮੈਂ ਕਿਸੇ ਹੋਰ ਦੇ ਮੈਨੂੰ ਇੱਕ ਗੱਲ ਬੜੀ ਸਪੱਸ਼ਟ ਹੋਈ ਹਿੰਦੁਸਤਾਨ ਦਾ ਬਟਵਾਰਾ ਹੋਇਆ ਅਤੇ ਪਹਿਲੀ ਗੱਲ ਤਾਂ ਇਹ ਹਿੰਦੂ ਮੁਸਲਮਾਨਾਂ ਦਾ ਸਿੱਖ ਇਸਾਈਆਂ ਦਾ ਦੇਸ਼ ਉਹਨਾਂ ਦੇ ਖੂਨ ਨਾਲ ਆਜ਼ਾਦੀ ਹੋਈ ਬਟਵਾਰਾ ਹੋਇਆ ਹਿੰਦੁਸਤਾਨ ਮੁਸਲਮਾਨ ਪਰਿਵਾਰ ਕੋਲ ਉੱਥੇ ਚਲੇ ਗਏ ਭਰਾ ਚਲੇ ਗਏ ਜਿਹੜੇ ਮੁਸਲਮਾਨ ਪਾਕਿਸਤਾਨ ਜਿਹਦੇ ਹਰ ਮੁਸਲਮਾਨ ਤਾਂ ISI ਨਹੀਂ ਹੈ ਨਾ ਬਿਲਕੁਲ ਹਰ ਮੁਸਲਮਾਨ ਤਾਂ ਸਾਡੀ ਭੈਣ ਕੋਈ ਉੱਥੋਂ ਦੀ ਕਿਸੇ ਕੋਈ ਪੀਪਲ ਪਾਰਟੀ ਦੀ ਉਹਦੀ ਏਜੰਟ ਤਾਂ ਨਹੀਂ ਹੈ ਨਾ ਜਿਸ ਤਰ੍ਹਾਂ ਤੁਸੀਂ ਅਸੀਂ ਇੱਥੇ ਲੋਕਾਂ ਦੇ ਸੜਕਾਂ 'ਤੇ ਘੁੰਮਦੇ ਉੱਦਾਂ ਹੀ ਹੈ ਨਾ ਆਪਾਂ ਸਾਰਿਆਂ ਨੂੰ ਕਹਿ ਦਈਏ ਚਲੋ ਬਟਵਾਰਾ ਹੋ ਗਿਆ ਇੱਥੋਂ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਜਿਹੜਾ ਸਾਡੇ ਮੁਸਲਮਾਨ ਸਾਡਾ ਭਰਾ ਹੈ ਤੁਸੀਂ ਦੱਸੋ ਕਿ ਉਹ ਖੁਸ਼ਹਾਲ ਨੇ ਉਹਨਾਂ ਦੇ ਵੱਡੇ ਕਾਰੋਬਾਰ ਨੇ ਫਿਰ ਉਹਨਾਂ ਨੂੰ CA 'ਚ ਕਿਉਂ ਨਹੀਂ ਸ਼ਾਮਿਲ ਕੀਤਾ ਜਾਂਦਾ ਸਮਝੇ ਜੀ ਗੱਲ ਮੇਰੀ ਬੜੇ ਧਿਆਨ ਨਾਲ ਸਮਝੋ ਜੀ ਇਹ ਮਹਾਤਮਾ ਗਾਂਧੀ ਜੀ ਦਾ ਪੁਰਾਣਾ ਇਤਿਹਾਸ ਪੜ੍ਹ ਲਓ ਜਦੋਂ ਬਟਵਾਰਾ ਹੋਇਆ ਜੀ ਕਿੰਨੇ ਕੁ ਸਿੱਖ ਨੇ ਪਾਕਿਸਤਾਨ 'ਚ ਮੈਂ ਪੁੱਛਣਾ ਚਾਹੁੰਦਾ ਕਿੰਨੇ ਕੁ ਹਿੰਦੂ ਭਰਾ ਨੇ ਸਾਡੇ ਪਾਕਿਸਤਾਨ 'ਚ ਮੈਂ ਪੁੱਛਣਾ ਚਾਹੁੰਦਾ ਉਹਨਾਂ ਦੀਆਂ ਬੇਟੀਆਂ ਦੇ ਨਾਲ ਕੀ ਕੁਛ ਹੋ ਰਿਹਾ ਤੁਸੀਂ ਮੈਨੂੰ ਦੱਸ ਦਿਓ ਹੁਣ ਸਿੱਖ ਜਿਹੜੇ ਉੱਥੋਂ ਦੇ ਜਥੇਦਾਰ ਸੀ ਉਹਨਾਂ ਦੀ ਬੇਟੀ ਨੂੰ ਅਗਵਾਲ ਕਰ ਲਿਆ ਨਨਕਾਣਾ ਸਾਹਿਬ ਦੇ ਉੱਤੇ ਐਡਾ ਵੱਡਾ ਹਮਲਾ ਹੋ ਗਿਆ ਤੁਸੀਂ ਇਹਦੇ ਬਾਰੇ ਕੀ ਕਹੋਗੇ ਮੈਂ ਤੁਹਾਨੂੰ ਸਵਾਲ ਪੁੱਛਣਾ ਚਾਹੁੰਦਾ ਗ੍ਰਿਫਤਾਰ ਕੀਤੇ ਗਏ ਨਾ ਇਹ ਤਾਂ ਹਿੰਦੁਸਤਾਨ ਦੇ ਮੁਸਲਮਾਨ ਭਰਾਵਾਂ ਵਾਂਗੂ ਉੱਥੇ ਸਿੱਖ ਕੌਮ ਹੈ ਉੱਥੇ ਹਿੰਦੂ ਕੌਮ ਹੈ ਤੇ ਫਿਰ ਆਪਾਂ ਸਵਾਲ ਦੀ ਗੱਲ ਕਰ ਸਕਦੇ ਹਾਂ ਵੀ ਇੱਥੇ ਤਾਂ ਮੁਸਲਮਾਨ ਭਰਾਵਾਂ ਨੂੰ ਆਜ਼ਾਦੀ ਹੈ ਤੇ ਇਹਦਾ ਮਤਲਬ ਤੁਸੀਂ ਇਹ ਚਾਹੁੰਦੇ ਹੋ ਵੀ ਬੰਗਲਾਦੇਸ਼ ਚੋਂ ਆ ਜਾਏ ਅਫਗਾਨਿਸਤਾਨ ਚੋਂ ਆ ਜਾਏ ਪਾਕਿਸਤਾਨ ਚੋਂ ਬਾਰਡਰ ਪਾਰ ਕਰਕੇ ਆ ਜਾਏ
नेपाल के जरिए आ जाए, इतने अपने आइडेंटिटी कार्ड बना ले, इतने आई डी प्रूफ बना ले, फिर इतने पासपोर्ट बना लेन, फिर अमरीका के कैनेडा में हिंदुस्तानिया की सब तो ज़्यादा डिमांड है, फिर उत्थे जाके नौकरी करो। इत्थे तुसी राजनीतिक लोग किसी भी पार्टी का होवे वोट सत्ता दे असी लालची हाँ, वोट सत्ता लई असी किसे हद तक जा सकते हैं, अपने मुल्क नाल अपने धर्म नाल धोखा कर सकते हैं और करते तुसी देखते हो, लोग समझते ने इन्हां गल्लां नूं। ते इत्थे आके हिंदुस्तान धर्मशाला कि हिंदुस्तान दे विच आके तुसी पासपोर्ट बना के, तुसी आई डी प्रूफ बना के, तुसी राशन कार्ड बना के बंगलादेश तो, पाकिस्तान तो, नेपाल दे थ्रू, अफगानिस्तान तो आके तुसी कब्जा कर लो, ते तुहाडा साडे बच्चों का हक छिनिया नहीं जा रहा। नहीं, वो कल्ले मुस्लिम ही कर सकदे, दूसरियां कम्युनिटी दे भी लोग कर सकदे ना। तुसी मैनूं दसो पाकिस्तान च किन्ने सिख ने, हिंदू ने, मेरा सवाल का जवाब दे रहे हो तुसी, किन्ने हिंदू सिख ने? वो तो उन्हां दी इच्छा है ना कि कौन इत्थे कौन हिंदुस्तान आना चाहुंदा है, कौन नहीं आना चाहुंदा। ये किहड़ी गल है, इहदा मतलब सारे बंगलादेश तो हौली हौली आ जाण, पिछलियां सरकारां ने तो किसी ने ध्यान ही नहीं दिता। वोट बैंक पॉलिटिक्स, आओ आओ मजे नाल वोट दिओ, आसाम च देखो, अरुणाचल च देखो, नॉर्थ च देखो, भरिया पिया, कोई चाइना तो आ रहा, कोई कितने आ रहा। हुण हुण कम से कम कुछ पड़ताल तो हो, मेरी भी हो, बाहर जा रहे मेरे ते निगाह रखी जाएगी, इत्थे आ तो मेरे ते निगाह रखी जाएगी, मैं हिंदुस्तान का वासी हाँ, तुसी ओ, मैं ओ, असी साडा, ये हिंदुस्तान है महाराज, ये कोई धर्मशाला नहीं है कि इत्थे आवे जिहड़ा मर्जी मोहर लवावे ते करी जावे, ते सरकारां ते चलदियां आलदियां रहणगियां, पर आण वालियां नसलां हिंदू होवे, मुसलमान होवे, सिख होवे, ईसाई होवे, उरे बच्चों नूं रुजगार मिले, साडा रुजगार, साडे बच्चों का फ्यूचर बंगलादेश, पाकिस्तान थ्रू नेपाल और चाइना तो आके को खो के ना लै जावे। आ मुद्दा है, ये तो साडे राजनीतिक लोगों के शोर शराबे हुण है कोई नहीं, कम तो इधरले पासे तुर पे, इधरले पासे तुर पे, किहड़े मुसलमान नूं खतरा, दसो मैनूं। नहीं, कश्मीर दे विच वेख्या ना, धारा 370 जदों हटाई जांदी है, ठीक, माड़ा काम होया, तुसीं दसो की माड़ा काम होया, तुसीं मैनूं दसो 370 धारा हटण तों बाद किन्नियां शहादतां होईयां ने, 10, 15, 20 पहलां किन्नियां हुंदियां सी। आम जिहड़ा मुसलमान है उहदा कारोबार तुसीं देखो चल पिया हौली हौली, आम मुसलमान का 370 धारा ना धारा या उन्हों का किसी काम च है नहीं, आम मुसलमान। बेटा जी, कुछ जिहड़े स्टूडेंट ने पंजाब दिल्ली दे विच पढ़दे, उन्हां दे नाल मुलाकात हुई, उन्हें कहा कि बहुत औखा है अपने परिवार दे नाल गलबात भी करनी उत्थे। जो मैनू कई मुसलमान भरा मिलते हैं होटलों च जाना, सोहणे मुंडे है एन मुसलमान, पता लग जाता भी ये जा कश्मीर का जा हिमाचल का, लाल ऐन चेहरे, मैं कहा बेटा कितों दे, कहिंदे जी कश्मीर तो, मैं कहा बेटा 370 धारा हट गई, कहिंदे जी शुक्र कीता, हुण असी इत्थे 10 बंदे आ होटल च नौकरियां करदे, नाल साडियां भैणां भी ने, आने वाला साडा फ्यूचर रहेगा उत्थे, होटल बनगे, कारोबार चलणगे, असी इत्थे को धक्के खाइए असी कश्मीर से जावांगे। तुसीं मैनूं एक गल दसो, फारूक अब्दुल्ला, महबूबा मुफ्ती, ये तीन चार परिवार हिंदुस्तान के तुहाडे साडे खून पसीने का पैसा लुट के लै जाण, चौधर की भुख राजनीति करी जाइए, पत्थर चली जाण और तमाशे देखी जाइए, पैसा सरकार का पैसा तुहाडा साडा असी मौजा लई जाइए। हुण तुसी देखना साल दे बाद आपां फिर बैठांगे, 8 महीने बाद बह जाएंगे, उहदे ते गल करांगे, आम गल करिए, ये ना कहिए भी नरेंद्र मोदी ने किया, कि नरेंद्र मोदी मुशर्रफ है, नरेंद्र मोदी क्या बेनजीर भुट्टो है, नरेंद्र मोदी क्या किसी होर देश का है, नरेंद्र मोदी इस देश का है, जिहड़ा उन्हें काम किया है देश लिए, जिहड़ा किया 370 धारा कैंसर की बीमारी उन्हें दूर करके सुटे है तो किया, पर लोग आखते ना कि घट गिनती खतरा दिखाई दे रहा है, घट हूँ सिख कौम खतरा है, एवं कई बारी आ सकती है। मेरी गल सुनो, डॉक्टर मनमोहन सिंह जी हिंदुस्तान के प्रधानमंत्री रहे, ज्ञानी जाल सिंह जी हिंदुस्तान के राष्ट्रपति रहे, हिंदुस्तान दी फौजां ने जनरल ने, बेटा जी गल आपां इस समय दी कर रहे हैं ना, नहीं इस समय दी गल करदे आ, केड़ी केड़ी घट केड़ा खतरा जी, तुसीं मैनूं दस्सो, आ पुरी साहब जिहड़े हिंदुस्तान दे जिहड़े अर्बन डिवेलपमेंट मिनिस्टर ने, सिर ते पगड़ी है गुरु महाराज जी दस्तार है, कि मिनिस्टर ही है ना जी, हुण असीं रोज़ नारे लाई जाइए जी सानूं खतरा है, सन केड़ा आम सिख नूं पुछो ना की खतरा है, ये तो चौधर दे भुखे रोज़ बोलते ने, चौधर दे भुखे हाँ असीं, बुरा ना मनाना, पंजाब दी अगर पॉलिटिक्स नूं देखो, पंजाब की बर्बादी, पंजाब की तबाही, पंजाब च अतवाद, पंजाब च बेगुनाहरा कतलेआम, कोई भी अतवाद नहीं सी पंजाब दे अंदर, असी वो माहौल देखिया, क्यों आया अतवाद, चौधर दे भुखिया ने, धर्म के ठेकेदारा ने, इंटैलीजेंस एजेंसियां ने, उस वेले दियां जिहड़ियां पिट्ठू सी सरकारां दियां, उन्हां दियां गलतियां नाल टैररिज्म आया, किहड़ा साडा नौजवान गभरू जिहड़ा अतवादी सी, सानू तां अतवादी कहण लग्गिया वी बुरा लगदा भाजी, कई वारी सवाल यह है साडे पोलीटिशियनां दी
ਚੌਧਰ ਦੀ ਭੁੱਖ ਅਤੇ ਧਰਮ ਦੇ ਠੇਕੇਦਾਰਾਂ ਦੇ ਕਰਕੇ ਪੰਜਾਬ 'ਚ ਟੈਰਰਿਜ਼ਮ ਆਇਆ। ਅੱਜ ਕਿਹੜਾ ਟੈਰਰਿਜ਼ਮ ਹੈ ਪੰਜਾਬ 'ਚ ਦੱਸੋ, ਅੱਜ ਤਾਂ ਕੋਈ ਨਹੀਂ। ਪਰ ਉਹ ਜਿਹੜੀਆਂ ਸੱਟਾਂ ਮਾਰ ਕੇ ਸਾਨੂੰ ਉਸ ਵੇਲੇ ਧਰਮ ਦੇ ਠੇਕੇਦਾਰ, ਉਸ ਵੇਲੇ ਦੀਆਂ ਸੈਂਟਰ ਦੀਆਂ ਇੰਟੈਲੀਜੈਂਸ ਏਜੰਸੀਆਂ, ਉਸ ਵੇਲੇ ਦੀਆਂ ਸਰਕਾਰਾਂ, ਉਸ ਵੇਲੇ ਦੀ ਸਰਕਾਰ 'ਚ ਤੇ ਤੁਸੀਂ ਵੀ ਸੀ ਨਾ? ਵੀ ਸੀ। ਨਹੀਂ, ਮੈਨੂੰ ਇੱਕ ਗੱਲ ਦੱਸੋ, ਸੱਚ ਕਹਿਣ 'ਚ ਕੁਛ ਬੁਰਾ ਲੱਗਦਾ? ਅਸੀਂ ਬੱਚੇ ਸੀ, ਹੋਸ਼ ਨਹੀਂ ਆਈ, ਆਈ ਤਾਂ ਸੱਚ ਬੋਲਦੇ ਹਾਂ। ਅਤੇ ਹੁਣ ਕਹਾਂ ਜੀ, ਤੂੰ ਉਹ ਕਈ ਕਹਿਣਗੇ ਜੀ ਉਸ ਵੇਲੇ ਕਿਉਂ ਨਹੀਂ ਬੋਲਿਆ, ਵੀ ਨਹੀਂ ਸਮਝ ਸੀ। ਹੁਣ ਜੇ 84 ਦੇ ਦੰਗੇ ਹੋਏ ਤਾਂ ਉਸ ਵੇਲੇ ਵੀ ਮੈਂ ਸਰਕਾਰਾਂ ਦੇ ਵਿੱਚ ਸੀ, ਸਰਕਾਰਾਂ 'ਚ ਮਤਲਬ ਪਾਰਟੀ ਦੇ। ਔਰ ਤੁਹਾਨੂੰ ਇਹ ਪਤਾ ਹੀ ਨਹੀਂ ਹੋਏਗਾ ਕਿ ਮੈਂ ਆਪ ਸ਼ਾਹਦਰੇ ਤੋਂ ਬਣਿਆ, ਪੀਲਾ ਪਟਕਾ ਗੁਰੂ ਮਹਾਰਾਜ ਜੁਰਮਾਲਾ ਪਾਇਆ ਸੀ, ਮੈਂ ਥੱਲੇ ਉਤਰਨ ਲੱਗਾ, ਉਹ ਕਹਿੰਦੇ ਸਰਦਾਰ ਆ ਗਿਆ। ਲੱਖਾ ਸਿੰਘ MLA ਅੰਮ੍ਰਿਤਸਰ ਦਾ ਮੇਰੇ ਨਾਲ ਸੀ, ਕਹਿੰਦੇ ਸਰਦਾਰ ਆ ਗਿਆ, ਮਾਰੋ ਮਾਰੋ। ਕੁਦਰਤੀ ਇੱਕ ਹਿੰਦੂ ਭਰਾ ਸੀ ਸਾਡੇ ਨਾਲ, ਲੱਖਾ ਸਿੰਘ MLA ਦਾ PA, ਗੱਲਾਂ 'ਚੋਂ ਗੱਲ ਨਿਕਲੀ। ਉਸ ਵੇਲੇ ਬੋਗੀਆਂ ਸੀ, ਲੱਕੜ ਦੀਆਂ ਬੰਦ ਹੋ ਜਾਂਦੀਆਂ, ਹੁਣ ਤਾਂ ਨਵਾਂ ਮਾਡਲ ਆ ਗਿਆ। ਉਹਦੇ 'ਚ ਅਸੀਂ ਬੰਦ ਹੋ ਗਏ, ਮੁੰਡੇ ਅੰਦਰ ਆਏ, ਉਹ ਹਿੰਦੂ ਸੀ ਮੁੰਡਾ, ਉਹ ਕਹਿੰਦਾ ਇੱਥੇ ਸਰਦਾਰ ਗਿਆ ਸੀ ਪੀਲੇ ਪਟਕੇ ਵਾਲਾ, ਕਹਿੰਦਾ ਅੱਗੇ ਨੂੰ ਚਲਾ ਗਿਆ, ਅੱਗੇ ਨੂੰ ਚਲੇ ਗਏ। ਥੋੜ੍ਹੀ ਦੇਰ ਬਾਅਦ ਫਿਰ ਆਏ, ਕਹਿੰਦੇ ਗੱਡੀ ਨੂੰ ਅੱਗ ਲਾ ਰਹੇ, ਉਨੀ ਦੇਰ ਨੂੰ ਗੱਡੀ ਚੱਲ ਪਈ। ਹੁਣ ਕੀ ਕਹੀਏ ਇਹਨੂੰ? ਅੱਛਾ, ਇਹ ਸਾਰਾ ਕੁਝ ਤੁਸੀਂ ਹੰਢਾਇਆ ਹੋਇਆ, ਸਵਾਲ ਹੋ ਸਕਦਾ ਤਲਖੀ ਵਾਲਾ ਹੋਵੇ ਤੁਹਾਡੇ ਲਈ, ਫਿਰ ਇੱਦਾਂ ਕਿਉਂ ਆਖਿਆ ਜਾਂਦਾ ਹੈ ਕਿ